हाँ जी भीर जी, सारा भी सत श्रीकाल जी। संदीप डेयरी फार्म तुहाडा बहुत बहुत वेलकम है जी। अज अपनी विजिट हैगी है जी पिंड वलटोआ, जिला तरनतारन पहले तहसील पट्टी पैंदी है जी। इन्हें भी लगे वीडियो वो बनाई है जी। आप अज बाईयां को तीन पशु सेल है जी, चंगी मझां जी। तो आओ बाई जी ने गलबात करिए, इन्हें प्राइस की है तो की मिलक रिकॉर्ड आ। उस तो पहले भीर जी रिक्वेस्ट करने वालों कि इतने आके दो डायरी चॉइस जरूर करो, पास करो, पूरी तसली ना खरीदो। बार बार यही बेनती होंगी है जी कि चॉइस करना अपना हक बनता जी। ठीक है जी, तो नाले वीडियो वो तो शेयर कर दिया करो, चलो गाँव भी किसी वीर का फायदा हो सके। हूँ आप भाई जी ने गलबात करिए जी। हाँ जी भाई, सत्या जी। और भाई ठीक ठाक जी? बहुत चल रहा जी, काम संदीप ने आना ਵੀਡੀਓ ਪਵਾ ਕੇ ਤੁਹਾਨੂੰ ਬਾਅਦ ਚ ਭੇਜ ਦਾਂਗੇ। ਚਲੋ ਫਿਰ ਦੋ ਰਹਿ ਗਏ, ਮਤਲਬ ਬੁਰੀ ਬਾਰੇ ਦੱਸੋ। ਬੁਰੀ ਕੁਆਲਿਟੀ ਬਹੁਤ ਚੰਗੀ ਹੈ ਜੀ, ਇਹ 5-6 ਦਿਨ ਦੀ ਫ੍ਰੀ ਹੈ। ਹਾਂਜੀ, 10-11 ਕੋਲ ਥੱਲੇ ਦੋ ਦਿਨ ਤਿਆਰ ਹੈ। ਅੱਛਾ, ਦੋ ਦਿਨ ਤਿਆਰ ਆ। ਠੀਕ ਹੈ ਜੀ, ਠੀਕ ਹੈ। ਚੋਣ ਚਾਣ ਬਹੁਤ ਵਧੀਆ। ਤੇ ਕਿੰਨਾ ਕਰ ਜੂ ਬਾਜੀ ਫਿਰ? ਵਧੂਗੀ ਇਹ ਤਾਂ ਤੁਸੀਂ ਜਾਣੇ ਜੀ। ਕੱਟੀ ਬਗਰ ਜੀ, ਖੋਲੋ ਬਾਜੀ ਫਿਰ ਨੂੰ ਦਿਖਾਈਏ। ਤਾਂ ਵੇਖੋ ਜੀ, ਆਹ ਦੇਖੋ, ਅਰੇ ਚੋਈ ਠੀਕ ਹੈ ਬਾਜੀ ਫਿਰ ਕੋਲ? ਬਹੁਤ ਹੀ ਜ਼ਿਆਦਾ। ਤੇ ਵੇਖੋ ਬੋਰੀ ਸੋਹਣੀ ਬਹੁਤ ਆ ਝੋਟੀ। ਆਹ ਦੇਖੋ ਕੁਆਲਿਟੀ ਬਹੁਤ ਹੈ ਝੋਟੀ ਦੀ। देखो कटी मगर आ गई, डबल फायदा हो गया जी। आ देखो ठीक है भाजी। ठीक है जी, तो भाजी फिर इनकी कीमत फिर जी? 75,000 ਦੀ। ਬਾਕੀ ਮਾਨਤਰਾ ਹੋ ਜਾਓ ਮੁੱਕ ਹੈ ਜੀ। ਬਸ ਠੀਕ ਹੈ, ਇੱਧਰ ਆ ਜਾਓ। ਇਹ ਸੂਆ ਜੀ? ਇਹ ਸੂਆ ਦੂਜਾ ਹੈ ਜੀ। ਦੂਜਾ ਸੂਆ, ਇਹ 2-3 ਦਿਨ ਦੀ ਸੂਈ ਹੈ। ਨੀਲੀ ਆ ਗਈ ਨਾ ਜੀ? ਹਾਂ ਜੀ, ਨੀਲੀ ਆ ਗਈ। ਤੇ ਬਾਜੀ ਕਿੰਨਾ ਕੁ ਫਿਰ ਦੁੱਧ ਹੈ ਇਸ ਟਾਈਮ? ਇਸ ਟਾਈਮ ਤਾਂ 9 ਕਿਲੋ ਬੋੜੀ ਹੋਊ। 9 ਕਿਲੋ ਬੋੜਾ ਜੀ, ਆ ਦੇਖੋ ਬਹੁਤ ਸੋਹਣੀ ਝੋਟੀ ਹੈ ਜੀ। ਪਾਕਿਸਤਾਨ ਟਾਈਪ ਦੀ ਆ, ਦੇਖੋ ਪਿਓਰ ਨੀਲੀ ਵਿੱਚ ਆਈ ਝੋਟੀ। ਆ ਦੇਖੋ, ਆ ਦੇਖੋ ਜੀ, ਤੇ ਬਾਕੀ ਲੇਵਾ ਦੇਖੋ ਜੀ ਕਿੱਡਾ ਸੋਹਣਾ ਲੱਗਾ। ਆ ਦੇਖੋ ਜੀ, ਤੇ ਥਾਣੇ ਹੀ ਦੇਖੋ ਜੀ। ਉਹ ਹਾਂਜੀ, ਆ ਜਾਓ ਭਾਜੀ, ਆ ਜਾਓ। ਤਾਂ ਭਾਜੀ ਕਿੰਨਾ ਕਰ ਜੂ ਫਿਰ ਤੁਹਾਡੇ ਸਾਨੂੰ ਦੁੱਧ ਜੀ? ਇਹ 12-13 ਦੋ ਦਿਨ ਘੱਟ। 12-13 ਕਿਲੋ ਹੈ ਜੀ। ਆ ਦੇਖੋ ਕੱਟੀ ਮਗਰ ਹੀ, ਕੱਟੀ ਕੱਟੀ ਮਗਰ ਹੈ ਜੀ। ਆ ਦੇਖੋ ਬਹੁਤ ਕੁਆਲਿਟੀ ਦੀ ਝੋਟੀ ਹੈ ਜੀ। ਆ ਦੇਖੋ ਜੀ, ਬਸ ਠੀਕ ਹੈ ਜੀ। ਤੇ ਭਾਜੀ ਫਿਰ ਇਹਦੀ ਕੀਮਤ? ਅੱਛਾ, ਇਹ ਵੀ 75,000 ਦੀ। ਬਸ ਠੀਕ ਹੈ ਜੀ। ਚਲੋ ਇਹ ਫਿਰ ਇਹਦਾ ਵੇਖ ਚੁੱਕੀ ਵੇਖਣ ਜੀ, ਫਿਰ ਇਹਦੇ ਪਰ ਰਹਿਣ ਦੋ, ਫਿਰ ਪਾ ਲਓ। ਇਹ ਕਿੰਨੇ ਵਿਕੀ ਫਿਰ? ਮੈਂ ਤਾਂ 75 ਦੀ ਆ। ਹਾਂਜੀ, ਫਿਰ ਉਹਨਾਂ ਨੂੰ ਸਸਤੀ ਸੀ ਨਹੀਂ ਭੂਆ ਪਾ ਤੁਹਾਨੂੰ 70 ਦਿੰਦਾ, ਕੱਢ ਦਿੰਦਾ ਹੈ ਜੀ, ਇਹਦੇ ਨਾਲ ਗੱਲ ਕੋਈ ਨਹੀਂ ਕਰਨੀ। ਬਸ ਠੀਕ ਹੈ ਫਿਰ ਭੂਆ ਬਾਦ ਬੜਾ ਫਰੀ ਦੇ ਦੇ ਲਓ, ਕਹਿੰਦੇ ਜੀ ਫਰੀ ਵਾਲੀ ਗੱਲ ਹੀ ਆ। ਹਾਂ ਫਰੀ ਵਾਲੀ ਗੱਲ ਹੀ ਨਹੀਂ ਫਿਰ ਤਾਂ। ਤੇ ਕਿੰਨਾ ਕਰ ਜੂ ਫਿਰ ਤੁਹਾਡੇ ਜੀ ਇਹ? 14 ਕਿਲੋ ਮੈਂ ਦੇ ਦੂੰ। 14 ਕਿਲੋ ਹੈ ਜੀ, ਤਾਂ ਹੀ ਭੂਆ ਦੇ ਬਾਬਾ ਨੇ ਲਈ ਹੈ ਜੀ। ਮੈਂ ਤਾਂ ਹੀ ਫਿਰ ਭੂਆ ਦੇ ਬਾਬਾ ਨੇ ਲਈ ਆ, ਕਹਿੰਦੇ ਜੀ। ਤੇ ਬੱਚਾ ਮਗਰ ਕੀ ਆ ਕੇ ਜਾਂਦਾ? ਕੱਟਾ ਜੀ। ਚਲੋ ਬਿਲਕੁਲ ਜੀ, ਅਤੇ ਦੇਖੋ ਜੀ ਬਾਈ ਜੀ, ਆਹ ਪਸ਼ੂ ਹੈ ਜੀ, ਬੜੀ ਕੁਆਲਿਟੀ ਦੇ ਪਸ਼ੂ ਹੈ ਜੀ। ਅਤੇ ਵਾਰ ਵਾਰ ਇਹੀ ਬੇਨਤੀ ਹੁੰਦੀ, ਚੁਆਈ ਜ਼ਰੂਰ ਕਰਕੇ ਲੈ ਕੇ ਜਾਓ, ਕਿ ਤਿੰਨ ਸੂਈਆਂ ਸਵਾਈਆਂ ਮੱਝਾਂ, ਚਲੋ ਇੱਕ ਦਾ ਵਿੱਚ ਵੇਚ ਗਈ ਆ, ਤੇ ਚੁਆਈ ਜ਼ਰੂਰ ਕਰੋ ਨਾ ਬਾਜੀ। ਦੋ ਟਾਈਮ ਕਰੋ, ਦੋ ਟਾਈਮ ਕਰੋ, ਪੂਰੀ ਸਹੀ ਗੱਲ ਹੈ ਜੀ। ਅਗਲੇ ਦੇ ਘਰ ਦੀ ਵੀ ਆਪਾਂ ਨੂੰ ਗਰੰਟੀ ਦੇਣ, ਦੁੱਧ ਵਾਲੀਆਂ ਮੱਝਾਂ? ਬਿਲਕੁਲ ਬਾਜੀ, ਬਿਲਕੁਲ। ਫੋਟੋ ਨਾਲ ਲਾਉਣੀ ਹੈ? ਅੱਛਾ ਜੀ, ਅੱਛਾ ਇਹ ਸਤਿ ਸ਼੍ਰੀ ਅਕਾਲ ਜੀ, ਇਹ ਹੈ ਜੀ ਬਾਜੀ, ਇਹ ਭੂਆ ਦਾ ਪੁੱਤ ਜੀ, ਇਹ ਭੂਆ ਜੀ ਪੁੱਤ ਹੈ, ਬਹੁਤ ਪਿਆਰ ਇਹਦੇ ਨਾਲ, ਨਿੱਕੇ ਹੁੰਦੇ ਨਾ ਇਹਨਾਂ ਨਾਲ ਇਕੱਠੇ ਰਹੇ ਸਾਡੇ ਕੋਲ ਪਿਆ ਮਿਆਂ। ਕਿਹੜੇ ਇਲਾਕੇ ਦੇ ਬਾਈਆਂ ਦਾ? ਇਹ ਪੱਟੀਆਂ। ਅੱਛਾ, ਖਾਸ ਪੱਟੀ ਤੇ ਜੀ? ਪਿੰਡ ਸੁਣਿਆ ਨਾ ਸ਼ਤਰਪਾਲ ਦੁਬਲੀ, ਚੇਅਰਮੈਨ ਦੁਬਲੀ ਆ, ਸਰਦਾਰ ਸ਼ਤਰਪਾਲ ਸਿੰਘ ਦੀ ਚੇਅਰਮੈਨ ਦੁਬਲੀ। ਅੱਛਾ ਦੁਬਲੀ ਆਏ, ਠੀਕ ਠੀਕ ਪੱਟੀ ਰਹਿੰਦੇ ਆ। ਆ ਚਲੋ ਕੋਈ ਨਹੀਂ, ਨਾਲ ਹੀ। ਹਾਂਜੀ ਹਾਂਜੀ, ਜਿਹਦੇ ਵੀ ਕੋਈ ਕੰਮ ਕਾਰ ਹੋਵੇ, ਕੋਈ ਗੱਲ ਨੂੰ ਨੌਬਤ ਆ ਜੇ ਤੇ ਨਾ ਤਾਂ ਨੰਬਰ ਤੈਨੂੰ ਦਿੰਦੇ ਆ। ਠੀਕ ਹੈ, ਲਾਗੇ ਘਰ ਨਾਲ ਹੀ ਫੜਕਦੇ ਸਰਿਆਲੀ ਵਾਲੇ ਦੇ। ਅੱਛਾ ਅੱਛਾ, ਬਿਲਕੁਲ ਨਾਲ ਹੀ ਆਈਟੀ ਕਾਲਜ ਨਹੀਂ ਗਾ? ਹਾਂਜੀ ਹਾਂਜੀ ਹਾਂਜੀ, ਨਾਲ ਹੀ ਬਿਲਕੁਲ ਨਾਲ ਹੀ ਰਹੇ ਸਰਿਆਲੀ ਰੋਡ। ਚਲੋ ਜੀ,
ਚਲੋ ਭਾਜੀ ਨੰਬਰ ਤੇ ਐਡਰੈਸ ਬੋਲ ਦਿਓ ਜੀ ਜੀ ਪਿੰਡ ਬਟੋਆ ਹਾਂਜੀ ਬਲਵਿੰਦਰ ਸਿੰਘ ਪਿੰਡ ਬਟੋਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ 9841040352 ਇੱਕ ਵਾਰ ਫੇਰ ਬੋਲ ਦਿਓ ਜੀ 9841042 ਠੀਕ ਹੈ ਸਤਿ ਸ਼੍ਰੀ ਅਕਾਲ ਜੀ